ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਇਹਨਾਂ ਕੋਲ ਫੜਨ ਦਾ ਆਮ ਇਨਸਾਨ ਪਾਉਣ ਨੂੰ ਤੰਗ ਕਰ ਰਹੇ ਆ, ਜਿਹੜੇ ਚੋਰੀ ਕਰਕੇ ਦੌੜਦੇ ਵੀਡੀਓ ਵੀ ਕਰਦੇ ਉਹਨਾਂ ਕੋਲ ਫੜਨੇ ਹੁੰਦੇ। ਆਪਣਾ ਮੂੰਹ ਲੁਕਾਉਂਦਾ ਫਿਰ ਰਿਹਾ, ਤੁਸੀਂ ਦੇਖ ਰਹੇ ਹੋ ਆਪਣਾ ਨਾਕਾ ਛੱਡ ਕੇ ਕਿਤੇ ਬਾਹਰ ਭੱਜਿਆ ਜਾ ਰਿਹਾ। ASI ਸਾਹਿਬ ਫੋਨ ਖੋਣ ਦੀ ਕੋਸ਼ਿਸ਼ ਕਰ ਰਹੇ ਆ। ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਨਾਕੇ ਦੇ ਵਿੱਚ ਕਿਉਂ ਬਦਤਮੀਜੀ ਕੀਤੀ ਗਈ ਵਾਲਮੀਕਿ ਭਾਈਚਾਰੇ ਨਾਲ, ਯਾਨੀ ASI ਨੂੰ ਕਿਉਂ ਬੇਇੱਜ਼ਤੀ ਕੀਤੀ ਗਈ? ਉਹਨੇ ਮੌਕੇ ਤੇ ਆਪ ਮੇਰੇ ਨਾਲ ਬਦਤਮੀਜੀ ਕੀਤੀ, ਤੁਸੀਂ ਉਹਦੀ ਕੰਪਲੇਂਟ ਕੀਤੀ, ਉੱਥੇ CCTV ਕੈਮਰੇ ਲੱਗੇ ਆ। ਨਾਕੇ ਤੇ ਮੁਲਾਜ਼ਮ ਕਿੰਨੇ ਤਨਾਤ ਸੀ? 3.5 ਮੁਲਾਜ਼ਮ ਤਨਾਤ ਸੀ। ਠੀਕ ਹੈ, 3 ਮੁਲਾਜ਼ਮ ਕਿੱਥੇ ਆ? ਦੋ ਕਿੱਥੇ ਬਾਕੀ? ਕਿੱਥੇ ਆ? ਦੂਜਾ ਕਿੱਥੇ ਗਿਆ? ਮੁਲਾਜ਼ਮ ਆ ਰਿਹਾ। ਤੁਸੀਂ ਦੇਖ ਰਹੇ ਹੋ ASI ਨੂੰ ਪਤਾ ਹੀ ਨਹੀਂ ਮੁਲਾਜ਼ਮ ਕਿੱਥੋਂ ਆ ਰਿਹਾ। ਸਾਨੂੰ ਭਰੋਸਾ ਦਿੱਤਾ SSP ਸਾਹਿਬ ਦਾ ਫੋਨ ਆਇਆ ਸੀ ਵੀ ਅਸੀਂ ਉਹਨੂੰ ਸਸਪੈਂਡ ਕਰਦਾ, ਉਹਦੀ ਕਾਪੀ ਸਾਡੇ ਕੋਲ ਆਈ ਹੈ। ਅਸੀਂ ਪੁਲਿਸ ਦਾ ਧੰਨਵਾਦ ਕਰਾਂ ਜਿਹਨਾਂ ਨੇ ਉਸ ਸੰਬੰਧ ਯਕਦਮ ਸਸਪੈਂਡ ਕੀਤਾ, ਇਸ ਕਰਕੇ ਅਸੀਂ ਜਿਹੜਾ ਧਰਨਾ ਚੱਕ ਰਹੇ ਹਾਂ। ਫਗਵਾੜਾ ਪਿਛਲੇ ਕਈ ਦਿਨਾਂ ਤੋਂ ਅੱਗ ਵਿੱਚ ਸੁਲਗਦਾ ਆ ਰਿਹਾ ਹੈ, ਜਿੱਥੇ ਜੰਨਾ ਸਮਾਜ ਅਤੇ ਦਲੀ ਸਮਾਜ ਵੱਲੋਂ ਇੱਕ ਦੂਜੇ ਖਿਲਾਫ ਧਰਨੇ ਵੀ ਲਗਾਏ ਗਏ। ਪੁਲਿਸ ਨੇ ਦੋਨਾਂ ਧਿਰਾਂ ਨੂੰ ਸ਼ਾਂਤੀ ਨਾਲ ਬਿਠਾ ਵੀ ਦਿੱਤਾ ਸੀ, ਪਰ ਅੱਜ ਫਿਰ ਫਗਵਾੜਾ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਇੱਥੋਂ ਦੇ ਗੁਰੂ ਹਰਗੋਬਿੰਦ ਨਗਰ ਵਿਖੇ ਵਾਲਮੀਕਿ ਭਾਈਚਾਰੇ ਵੱਲੋਂ ਧਰਨਾ ਲਗਾ ਪੁਲਿਸ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਅਨੁਸਾਰ ਵਾਲਮੀਕਿ ਭਾਈਚਾਰਾ ਦਲਿਤ ਆਗੂ ਧਰਮਵੀਰ ਸੇਠੀ ਦੀ ਅਗਵਾਈ ਵਿੱਚ ਜੰਨਾ ਸਮਾਜ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਬੋਲੀ ਗਈ ਗਲਤ ਸ਼ਬਦਾਵਲੀ ਖਿਲਾਫ਼ SP ਫਗਵਾੜਾ ਨੂੰ ਇੱਕ ਮੰਗ ਪੱਤਰ ਦੇਣ ਜਾ ਰਿਹਾ ਸੀ ਕਿ ਰਸਤੇ ਵਿੱਚ ASI ਮਨਜੀਤ ਸਿੰਘ ਨੇ ਉਹਨਾਂ ਦੇ ਕਾਫਲੇ ਵਿੱਚ ਇੱਕ ਮੋਟਰਸਾਈਕਲ 'ਤੇ ਸਵਾਰ 3 ਵਿਅਕਤੀਆਂ ਨੂੰ ਟ੍ਰਿਪਲ ਸਵਾਰੀ ਹੋਣ ਕਾਰਨ ਰੋਕ ਲਿਆ ਅਤੇ ਧਰਮਵੀਰ ਸੇਠੀ ਦੇ ਕਹਿਣ 'ਤੇ ਵੀ ਨਹੀਂ ਛੱਡਿਆ, ਜਿਸ ਦੇ ਰੋਸ ਵਿੱਚ ਸਮੂਹ ਵਾਲਮੀਕਿ ਭਾਈਚਾਰੇ ਨੇ ਧਰਨਾ ਲਗਾ ਦਿੱਤਾ ਅਤੇ ਪ੍ਰਦਰਸ਼ਨ ਕੀਤਾ। ਇਸ ਸੰਬੰਧੀ ਧਰਮਵੀਰ ਸੇਠੀ ਨੇ ਕਿਹਾ ਕਿ ਉਕਤ ਪੁਲਿਸ ਵਾਲੇ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਹੈ ਅਤੇ ਅਜਿਹੇ ਪੁਲਿਸਕਰਮੀ ਹੀ ਸ਼ਹਿਰ ਦਾ ਮਾਹੌਲ ਸ਼ਾਂਤ ਨਹੀਂ ਰਹਿਣ ਦੇਣਾ ਚਾਹੁੰਦੇ। ਉਹਨਾਂ ਕਿਹਾ ਕਿ ਇਹਨਾਂ ਕੋਲੋਂ ਚੋਰ ਲੁਟੇਰੇ ਤਾਂ ਫੜੇ ਨਹੀਂ ਜਾਂਦੇ, ਬਸ ਆਮ ਜਨਤਾ ਨੂੰ ਹੀ ਦੁਖੀ ਕਰਨ 'ਤੇ ਲੱਗੇ ਹੋਏ ਹਨ। ਅਸੀਂ SP ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਸੀਗੇ, ਜਿਹੜਾ ਕਿ ਜਨਰਲ ਸਮਾਜ ਨੇ ਮੀਟਿੰਗ ਲਾਇਆ ਸੀ, ਉਹਦੇ ਵਿੱਚ ਇੱਕ ਸਾਡੇ ਭੈਣਾ ਸਬਤਾ ਸੂਦ ਉਹਨੇ ਕੋਲ ਥੋੜ੍ਹੇ ਅਪਸ਼ਬਦ ਬੋਲੇ ਸਾਡੇ ਸਮਾਜ ਬਾਰੇ, ਲੇਕਿਨ ਨਿੱਕੀ ਆ ਜਿਹੜੀ ਚੰਦਨ ਲੇਖਾ ਨਿੱਕੀ ਉਹਨੇ ਸਾਡੇ ਵੱਡੀ ਸ਼ਬਦਾਵਲੀ ਬੋਲ ਕੇ ਬਲਾਸਟ ਕਰਨ ਲੱਗਿਆ। ਅਸੀਂ ਇਹ ਮੰਗ ਪੱਤਰ ਦੇਣ ਜਾ ਰਹੇ ਸੀਗੇ, ਸਾਡੇ ਬੰਦੇ ਦੋ ਤਿੰਨ ਇੱਕ ਮੋਟਰਸਾਈਕਲ 3 ਬੰਦੇ ਬੈਠੇ ਸੀ, ਰੋਕਿਆ ਉਹਨੂੰ, ਕਿਹਾ ਭਾਈ ਚੱਲ ਅਤੇ ਕੀ ਗੱਲ ਆ, ਤੁਸੀਂ ਚੱਲ ਚੱਲੇ। ਮੈਂ ਨਹੀਂ ਕਹਿੰਦਾ, ਮੈਨੂੰ ਕਹਿੰਦਾ ਤੂੰ ਕੌਣ? ਉਹਦਾ ਨਾਮ ਮਨਜੀਤ ਸਿੰਘ ਆ। ਅਸੀਂ ਉਹਨੂੰ ਕਿਹਾ ਵੀ ਤੂੰ ਨਹੀਂ ਡੀਲ ਕਰ, ਤਾਂ ਸਾਨੂੰ ਤੰਗ ਦਾ ਠੀਕ ਤਾਂ ਕਰ। ਮੈਂ ਨਹੀਂ ਕਹਿੰਦਾ ਕਰਨੀ, ਮੈਂ ਇੱਦਾਂ ਕਰਨੀ ਸੀ, ਜੋ ਤੁਹਾਡਾ ਹੁੰਦਾ ਤਾਰ ਨਾਲ ਸਾਡੇ। ਇਸ ਕਰਕੇ ਸੜਕ ਰੋਕੇ ਜਿੰਨਾ ਚਿਰ ਮੈਂ ਮਾਫ਼ੀ ਨਹੀਂ ਮੰਗਦਾ, ਅਸੀਂ ਇੱਥੋਂ ਹਿੱਲਣਾ ਨਹੀਂ ਬਾਬਾ, ਸਾਡਾ ਤਨਾ ਤਾਂ ਚੱਲੇ, ਅਸੀਂ ਇੱਥੋਂ ਹਿੱਲਣਾ, ਇਹ ਸਾਡਾ ਵਾਲਮੀਕਿ ਸਮਾਜ ਦਾ ਪੂਰੇ ਜੋਰ ਸਾਡੀ ਮੰਗ ਆ। ਪਰ ਜਿਹੜਾ ਸ਼ਹਿਰ 'ਚ ਚੋਰੀਆਂ ਰੁਕਣ ਦਾ ਨਾਮ ਲੈ ਰਹੇ ਉਸ ਬਾਰੇ ਤੁਸੀਂ ਕੀ ਕਹਿੰਦੇ ਹੋ? ਉਹ ਇਹਨਾਂ ਕੋਲ ਫੜ ਨਹੀਂ ਹੁੰਦੇ, ਇਹਨਾਂ ਕੋਲ ਫੜਨ ਦਾ ਆਮ ਇਨਸਾਨ ਪਾਉਣ ਨੂੰ ਤੰਗ ਕਰ ਰਹੇ ਆ। ਜਿਹੜੇ ਚੋਰੀ ਕਰਕੇ ਦੌੜਦੇ ਵੀਡੀਓ ਵੀ ਕਰਦੇ, ਉਹਨਾਂ ਕੋਲ ਫੜਨੇ ਹੁੰਦੇ, ਬੰਦੇ ਪਛਾਣਦੇ ਹੁੰਦੇ, ਆਮ ਜਨਤਾ ਨੂੰ ਪਰੇਸ਼ਾਨ ਕਰ ਰਹੇ ਆ। ਮੈਨੂੰ ਕਹਿੰਦਾ ਤੂੰ ਕੌਣ ਹੋਏ? ਇਹ ਕੋਈ ਚਲੋ ਮੈਂ ਹੁੰਦਾ, ਮੈਂ ਨਹੀਂ ਲੀਡਰ, ਇੱਕ ਆਮ ਇਨਸਾਨ ਹੁੰਦਾ ਬੰਦਾ ਚਿੱਟਾ ਡੀਲ ਤਾਂ ਕਰੇ। ਅੱਜ ਸਰ ਪਬਲਿਕ ਸਰ ਮਟਾਓ, ਸਾਡਾ ਨੌਕਰ ਆ ਪਬਲਿਕ ਦਾ, ਉਹ ਕੀ ਲੱਗਦਾ ਕੀ ਲੱਗਦਾ ਤੁਸੀਂ ਡਿਮਾਂਡ ਸਾਡੀ, ਸਾਡੇ ਕੋਲ ਮਾਫੀ ਮੰਗਣ ਜਾਵੇ ਇੱਥੇ ਆ ਕੇ, ਜਦ ਸਸਪੈਂਡ ਕੀਤਾ ਜਾਵੇ SHO ਸਾਡੇ ਜਿਹੜੇ ਸੀਨੀਅਰ ਸਲਾਮਪੁਰ SHO ਸਾਹਿਬ ਆ, ਉਹਨਾਂ ਨੇ ਵੀ ਰੱਬ ਬੋਲਿਆ, ਕਹਿੰਦਾ ਮੈਂ ਚੱਲਾਂ ਜੋ ਨਾ ਕਰ ਲਓ ਜੀ। ਅੱਜ ਮੈਂ ਚਾਹ ਕਹਿੰਦਾ ਮੈਂ ਚਾਹ, ਮੈਂ ਕਹਿੰਦਾ ਛੱਡਾ, ਇਹ ਪੰਜਾਬ ਪੁਲਿਸ ਖੁਦ ਨਾਲ ਲੜੀ ਹੋਈ ਆ, ਇਹ ਜਿਹੜੇ ਇੱਦਾਂ ਦੇ ਕੰਮ ਰੋਕਣ ਕਰਦੇ ਆ, ਇਸ ਬੰਦੇ ਦੀ ਸਸਪੈਂਡ ਕੀਤਾ ਜਾਵੇ, ਨਾਲੇ ਸਾਡੇ ਕੋਲ ਮਾਫੀ ਮੰਗੀ ਆ ਜਾਏ। ਦੂਜੇ ਪਾਸੇ ਮਾਹੌਲ ਖਰਾਬ ਹੁੰਦਾ ਦੇਖ ASI ਮਨਜੀਤ ਸਿੰਘ ਗਲੀਆਂ ਵਿੱਚ ਵੀ ਭੱਜਿਆ ਅਤੇ ਪਿੱਛੇ ਆ ਰਹੇ ਪੱਤਰਕਾਰਾਂ ਦੇ ਫੋਨ ਖੋਣ ਦੀ ਕੋਸ਼ਿਸ਼ ਵੀ ਕੀਤੀ ਅਤੇ ਜਦੋਂ ਪੱਤਰਕਾਰਾਂ ਵੱਲੋਂ ASI ਮਨਜੀਤ ਸਿੰਘ ਦੇ ਮਗਰ ਜਾ ਕੇ ਸਵਾਲ ਪੁੱਛੇ ਗਏ ਤਾਂ ਦੇਖੋ ASI ਨੇ ਕਿਵੇਂ ਘਬਰਾਉਂਦੇ ਹੋਏ ਜਵਾਬ ਦਿੱਤੇ। ਇੱਕ ਵਾਲਮੀਕਿ ਭਾਈਚਾਰੇ ਨਾਲ ਬਦਤਮੀਜੀ ਕੀਤੀ ਹੈ ਤੇ ਹੁਣ ਇਹਦੇ ASI ਆ, ਆਪਣਾ ਮੂੰਹ ਲੁਕਾਉਂਦਾ ਫਿਰ ਰਿਹਾ, ਤੁਸੀਂ ਦੇਖ ਰਹੇ ਹੋ ਆਪਣਾ ਨਾਕਾ ਛੱਡ ਕੇ ਕਿਤੇ ਬਾਹਰ ਭੱਜਿਆ ਜਾ ਰਿਹਾ। ਅਸੀਂ ASI ਨੂੰ ਪੁੱਛਣਾ ਚਾਹੁੰਦੇ ਹਾਂ, ASI ਨੂੰ ਪੁੱਛਣਾ ਚਾਹੁੰਦੇ, ਇੱਥੇ ਤੱਕ ਇਹ ਫੋਨ ਖੋਣ ਦੀ ਕੋਸ਼ਿਸ਼ ਕਰ ਰਹੇ ਆ ASI ਸਾਹਿਬ, ASI ਸਾਹਿਬ ਫੋਨ ਖੋਣ ਦੀ ਕੋਸ਼ਿਸ਼ ਕਰ ਰਹੇ ਆ। ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਨਾਕੇ ਦੇ ਵਿੱਚ ਕਿਉਂ ਬਦਤਮੀਜੀ ਕੀਤੀ ਗਈ ਵਾਲਮੀਕਿ ਭਾਈਚਾਰੇ ਨਾਲ, ਉਹਨਾਂ ਨੇ ਯਾਨੀ ਤੁਸੀਂ ASI ਨਾਲ ਵੀ ਬੇਇੱਜ਼ਤੀ ਕੀਤੀ ਹੈ? ਕਹਿੰਦੇ ਮੈਂ DSP ਨਾਲ ਗੱਲ ਨਹੀਂ ਕਰਨੀ, ਮੈਂ SP ਨਾਲ, ਮੈਨੇ ਠੀਕ ਹੈ ਇੱਕ ਸਿਵਲ ਵਰਦੀ ਦੇ ਵਿੱਚ SHO, ਯਾਨੀ SHO ਨੂੰ ਕਿਉਂ ਬੇਇੱਜ਼ਤੀ ਕੀਤੀ ਗਈ? ਉਹਨੇ ਮੌਕੇ ਤੇ ਆਪ ਮੇਰੇ ਨਾਲ ਬਦਤਮੀਜੀ ਕੀਤੀ, ਤੁਸੀਂ ਉਹਦੀ ਕੰਪਲੇਂਟ ਲਿਖਤੀ, ਕੰਪਲੇਂਟ ਕੀਤੀ ਉੱਥੇ CCTV ਕੈਮਰੇ ਲੱਗੇ, ਤੁਸੀਂ ਉਹਦੀ ਕੰਪਲੇਂਟ ਲਿਖਤੀ ਕੀਤੀ CCTV ਕੈਮਰੇ 'ਚ ਦੇਖੋ, ਜਦੋਂ ਤੁਸੀਂ ਉਹਦੀ ਲਿਖਤੀ ਕੰਪਲੇਂਟ ਕੀਤੀ ਦੌਰਾਨ ਤੁਹਾਡੇ ਨਾਲ ਮਿਸਬਿਹੇਵ ਹੋਇਆ, ਤੁਸੀਂ ਉਹਦੇ SSP ਨੂੰ ਕੰਪਲੇਂਟ ਕੀਤੀ ਗਈ? ਮੇਰਾ ਨਾਕਾ ਥਾਣੇ ਆ, ਤੁਸੀਂ ਇੱਥੇ ਕੀ ਕਰ ਰਹੇ ਹੋ ਫਿਰ? ਕਿਵੇਂ
जनता परेशान किया जा रहा आम चोरिया शहर च परमार है पर एक नागरिक नु कि परेशान किया जा रहा तुसी लाइव तस्वीर च देख रहे हो डीएसपी साहब की गड्डी चो उतर के इधर नु पिछे नु क्यों आए हरगोबिंद नगर है बिलकुल दिखाया मीडिया ने उधर सारे मसले तो बाद धरना चुकते हुए धर्मवीर सेठी ने कहा कि उन्होंने को एसएसपी साहब का फोन आया सी ਅਤੇ ਉਹਨਾਂ ਵੱਲੋਂ ਉਕਤ ASI ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜਿਸ ਦੀ ਕਾਪੀ ਵੀ ਉਹਨਾਂ ਕੋਲ ਆ ਗਈ ਹੈ ਨਾਲ ਹੀ ਉਹਨਾਂ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਇਹ ਕਾਪੀ ਜਾਲੀ ਨਿਕਲੀ ਤਾਂ ਉਹਨਾਂ ਵੱਲੋਂ ਫਿਰ ਵਿਰੋਧ ਕੀਤਾ ਜਾਵੇਗਾ ਸਾਨੂੰ ਭਰੋਸਾ ਦਿੱਤਾ ਐਸਐਸਪੀ ਸਾਹਿਬ ਦਾ ਫੋਨ ਆਇਆ ਸੀ ਵੀ ਅਸੀਂ ਉਹਨੂੰ ਸਸਪੈਂਡ ਕਰਤਾ ਉਹਦੀ ਕਾਪੀ ਸਾਡੇ ਕੋਲ ਆਈ ਹੈ ਅਸੀਂ ਪੁਲਿਸ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਉਸ ਬੰਦੇ ਇੱਕਦਮ ਸਸਪੈਂਡ ਕੀਤਾ ਇਸ ਕਰਕੇ ਅਸੀਂ ਜਿਹੜਾ ਧਰਨਾ ਚੱਕ ਰਹੇ ਹਾਂ ਅਗਰ ਸਾਨੂੰ ਪਤਾ ਨਹੀਂ ਲੱਗਾ ਵੀ ਸਸਪੈਂਡ ਨਹੀਂ ਹੋਇਆ ਉਹਦੇ ਲਈ ਫਿਰ ਅਸੀਂ ਪ੍ਰਦਰਸ਼ਨ ਕਰਾਂਗੇ ਜੈ ਵਾਲਮੀਕੀ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ TV ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।